Netflix 'ਤੇ ਹਾਲ ਹੀ ਵਿੱਚ ਮਸ਼ਹੂਰ ਸੀਰੀਜ਼ ਮਨੀ ਹਿਸਟ ਦਾ 5ਵੇਂ ਸੀਜ਼ਨ ਦਾ ਪਹਿਲਾ ਭਾਗ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਕਿ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ। ਇਸ ਵੈਬ ਸੀਰੀਜ਼ ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਦਿਖਾਈ ਦਿੰਦੇ ਨੇ। ਇਹ ਹੀ ਕਾਰਨ ਹੈ ਕਿ ਇਹ ਵੈਬ ਸੀਰੀਜ਼ ਦੁਨੀਆ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਵੈਬ ਸੀਰੀਜ਼ ਬਣ ਗਈ ਹੈ। ਮਨੀ ਹਿਸਟ ਵਿੱਚ ਕਮ ਕਰਨ ਵਾਲੇ ਕਲਾਕਾਰਾਂ ਨੂੰ ਵੀ ਲੋਕ ਖੂਬ ਪਸੰਦ ਕਰ ਰਹੇ ਨੇ। ਇਨ੍ਹਾਂ ਕਲਾਕਾਰ ਵਿੱਚੋਂ ਇੱਕ ਅਦਾਕਾਰ ਪੰਜਾਬ ਦਾ ਵੀ ਹੈ ਜਿਸ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਜੇਕਰ ਤੁਸੀਂ ਵੈਬ ਸੀਰੀਜ਼ ਦੇਖੀ ਹੈ ਤਾਂ ਇਸ ਵਿੱਚ ਸ਼ਾਖਿਰ ਨਾ ਦੇ ਇੱਕ ਪਾਕਿਸਤਾਨੀ ਹੈਕਰ ਹੈ ਜਿਹੜਾ ਕਿ ਪ੍ਰੋਫੈਸਰ ਅਤੇ ਉਹਨਾਂ ਦੀ ਟੀਮ ਨੂੰ ਬੈਂਕ ਆਫ ਸਪੇਨ ਦੇ ਅੰਦਰ ਉਹਨਾਂ ਦੇ ਮਿਸ਼ਨ ਵਿੱਚ ਸਹਾਇਤਾ ਕਰਦਾ ਹੈ ਇੱਕ ਵੈਬਸਾਈਟ ਦੀ ਰਿਪੋਰਟ ਮੁਤਾਬਿਕ ਸ਼ਾਖਿਰ ਦਾ ਜਿਸ ਬੰਦੇ ਨੇ ਕਿਰਦਾਰ ਨਿਭਾਇਆ ਹੈ ਉਸ ਦਾ ਅਸਲ ਨਾਮ ਅਜੀਤ ਜੇਠੀ ਹੈ 바ਰਸੇਲੋਨਾ ਵਿੱਚ ਸ਼ੈਨ ਵਾਲੇ 38 ਸਾਲਾ ਅਦਾਕਾਰ ਅਜੀਤ ਜੇਠੀ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਅੱਜੇ ਪਿਛਲੇ 1 ਦਹਾਕੇ ਤੋਂ ਸਪੈਨਿਸ਼ ਇੰਡਸਟਰੀ ਵਿੱਚ ਕੰਮ ਕਰ ਰਹੀ ਹੈ। ਉਹਨਾਂ ਨੇ ਬਹੁਤ ਸਾਰੀਆਂ ਸਪੈਨਿਸ਼ ਵੈਬ ਸੀਰੀਜ਼ ਸ਼ੋ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਕੈਰੀਅਰ ਦੀ ਸ਼ੁਰੂਆਤੀ ਦਿਨਾਂ ਵਿੱਚ ਅੱਜੇ ਸ਼ੇਕਸਪੀਅਰ ਅਤੇ ਆਰਥਰ ਮਿਲਰ ਦੀਆਂ ਲਿਖਤਾਂ ਤੇ ਆਧਾਰਿਤ ਪੰਜਾਬੀ ਨਾਟਕਾਂ ਵਿੱਚ ਅਦਾਕਾਰੀ ਦੇ ਜੋਹਰ ਦਿਖਾਉਂਦਾ ਹੁੰਦਾ ਸੀ। ਪਰ ਉਸਦੇ ਪਿਤਾ ਨੂੰ ਉਸਦਾ ਇਹ ਕੰਮ ਪਸੰਦ ਨਹੀਂ ਸੀ, ਇਸ ਕਰਕੇ ਉਹ 2005 ਵਿੱਚ ਸਪੇਨ ਆ ਗਿਆ। ਸ਼ੁਰੂ ਦੀ ਦਿਨਾਂ ਵਿੱਚ ਉਸਨੇ ਸਪੇਨ ਵਿੱਚ ਮਜ਼ਦੂਰੀ ਕੀਤੀ। ਪਰ ਅਦਾਕਾਰੀ ਦੇ ਕੀੜੇ ਨੇ ਉਸ ਨੂੰ ਇੱਥੇ ਵੀ ਤੰਗ ਕੀਤਾ ਤੇ ਉਸ ਨੇ ਬਕਾਇਦਾ ਟ੍ਰੇਨਿੰਗ ਲੈ ਕੇ ਸਪੈਨਿਸ਼ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਮਨੀ ਹੇਸਟ ਨੇ ਉਸ ਦੀ ਇੰਡਸਟਰੀ ਵਿੱਚ ਪਛਾਣ ਬਣਾ ਦਿੱਤੀ ਕਿ ਸੋਸ਼ਲ ਮੀਡੀਆ ਤੇ ਲੋਕ ਉਸ ਨੂੰ ਸਰਚ ਕਰਦੇ ਹਨ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ੋਹ ਦੇ ਕਲਾਕਾਰਾਂ ਵਿੱਚੋਂ ਉਹ ਕਿਸੇ ਨੂੰ ਨਹੀਂ ਮਿਲਿਆ ਕਿਉਂਕਿ ਉਸ ਦੇ ਹਿੱਸੇ ਮੈਦ੍ਰਿਡ ਵਿੱਚ ਸ਼ੂਟ ਕੀਤੇ ਗਏ ਸਨ ਸੋ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਆਪਣੀ ਮਿਹਨਤ ਨਾਲ ਜਾਣੇ ਚਾਹੁੰਦੇ ਨੇ ਤੇ ਮਿਹਨਤ ਦਾ ਫਲ ਮਿਲਦਾ ਜ਼ਰੂਰ ਹੈ